ਚੰਡੀਗੜ੍ਹ ਮੇਅਰ ਚੋਣ ਪੰਜਾਬ ਰੈਣਾ ਹਾਈ ਕੋਰਟ ਦੀ ਪਟੀਸ਼ਨਾਂ ਦਾ ਦੌਰ ਜੀ ਹਾਂ ਪਿਛਲੇ 3 ਦਿਨਾਂ ਤੋਂ ਲਗਾਤਾਰ ਪੰਜਾਬ ਰੈਣਾ ਹਾਈ ਕੋਰਟ ਵਿੱਚ ਚੰਡੀਗੜ੍ਹ ਮੇਅਰ ਚੋਣ ਲੈ ਕੇ ਲਗਾਤਾਰ ਪਟੀਸ਼ਨਾਂ ਦਾ ਦੌਰ ਜਾਰੀ ਹੈ ਔਰ ਆਮ ਆਦਮੀ ਪਾਰਟੀ ਦੇ ਮੇਅਰ ਪਦ ਦੇ ਕੈਂਡੀਡੇਟ ਕੁਲਦੀਪ ਕੁਮਾਰ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀਗੀ ਉਹਦੀ ਸੁਣਵਾਈ ਹੋਈ ਹੈ ਕਿਉਂਕਿ ਮੇਅਰ ਚੋਣ ਨਹੀਂ ਹੋ ਪਾਏ ਕਾਫੀ ਅਲੀਗੇਸ਼ਨਸ ਦਾ ਦੌਰ ਚੱਲਿਆ ਚਾਹੇ ਐਮਸੀ ਹੋਏ ਹਾਈ ਕੋਰਟ ਹੋਏ ਸਾਡੇ ਨਾਲ ਕੁਲਦੀਪ ਕੁਮਾਰ ਦੇ ਜਿਹੜੇ ਪਟੀਸ਼ਨਰ ਨੇ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਮੋਜੂਦ ਨੇ ਗੁਰਵਿੰਦਰ ਜੀ ਲਗਾਤਾਰ ਹਾਈ ਕੋਰਟ ਵਿੱਚ ਰਾਤ ਹੋਏ ਦਿਨ ਹੋਏ ਮੇਰਚੋਣ ਪਖਿਆ ਹੋਇਆ ਪਟੀਸ਼ਨਰ ਵੱਲੋਂ ਤੁਸੀਂ ਆਰਗੂ ਕੀਤਾ ਹੈ 18 ਤਰੀਕ ਲੰਘ ਚੁੱਕੀ ਹੈ ਮੇਰਚੋਣ ਨਹੀਂ ਹੋਈ ਤੁਸੀਂ ਕੋਰਟ ਚ ਬਾਰ ਬਾਰ ਇਹ ਜ਼ਿਕਰ ਕੀਤਾ ਕਿ ਨੋਟੀਫਿਕੇਸ਼ਨ 18 ਦਿੱਤੀ ਸੀ ਕਿ ਚੋਣ ਅੱਜ ਹੋ ਲੋ ਸ਼ਾਮ ਨੂੰ ਕਰ ਲੋ ਨਵਾਂ ਆਡਰ ਆ ਜਾਂਦਾ 6 ਫਰਵਰੀ ਦਾ ਕਿਵੇਂ ਦੇਖਦੇ ਹੋ ਸਾਰੇ ਸਿਚੁਏਸ਼ਨ ਦੇਖੋ ਬੇਸਿਕਲੀ ਇਹ ਸਾਰੀ ਜਿਹੜੀ ਇਸ਼ੂ ਹੈ ਇਹ 1996 ਰੈਗੂਲੇਸ਼ਨਸ ਨਾਲ ਗਵਰਨ ਹੁੰਦੀ ਹੈ ਉਹਦੇ ਥੱਲੇ ਇਹਨਾਂ ਨੇ ਇੱਕ ਪ੍ਰੈਜ਼ਾਈਡਿੰਗ ਅਫਸਰ ਲਗਾਣਾ ਹੁੰਦਾ ਪ੍ਰਿਸਕ੍ਰਾਈਬਡ ਅਥਾਰਟੀ ਨੇ ਤਾਂ ਪ੍ਰਿਸਕ੍ਰਾਈਬਡ ਅਥਾਰਟੀ ਜਿਹੜੇ ਕਿ ਡੀਸੀ ਨੇ ਐਸ ਪਰ 94 ਆਰਡਰ ਉਹਨਾਂ ਨੇ ਇੱਕ ਪ੍ਰੈਜ਼ਾਈਡਿੰਗ ਅਫਸਰ ਲਗਾਤਾ ਡੇਟ ਦੇਤੀ ਵੈਨਿਊ ਦੇਤੀ ਟਾਈਮ ਦੇਤਾ ਤਾਂ ਕਾਨੂੰਨ ਦੇ ਸਾਹਮਣੇ ਜਿਹੜੇ ਇਲੈਕਸ਼ਨ ਸੀ ਅੱਜ ਸਵੇਰੇ 11 ਵਜੇ ਹੋਣੇ ਚਾਹੀਦੇ ਸੀ ਤੇ ਕਿਉਂਕਿ ਇਲੈਕਸ਼ਨਰ ਦੇ ਵਿੱਚ ਪਹਿਲਾਂ ਵੀ ਕਾਫੀ ਵਿਗਨ ਪਏ ਜਾ ਰਹੇ ਸੀ ਤੇ ਇਸ ਕਰਕੇ ਜਦੋਂ ਦੋ ਪਾਰਟੀਆਂ ਦੀ ਅਲਾਈਅੰਸ ਹੋਈ ਉਦੇ ਮੁਤਲਕ ਜਦੋਂ ਇਹਨਾਂ ਨੇ ਨੋਮੀਨੇਸ਼ਨ ਪੇਪਰ ਇੱਕ ਦੂਜੇ ਦੇ ਹੱਥ ਵਿੱਚ ਵਿਡਰੋ ਕਰਨੇ ਸੀ ਉਹ ਵਿਡਰੋਅਲ ਫਾਰਮਸ ਵੀ ਜਿਹੜੇ ਸੀ ਐਕਸੈਪਟ ਨਹੀਂ ਕੀਤੇ ਜਾ ਰਹੇ ਸੀ ਸੋ ਫਰਸਟ ਜਿਹੜਾ ਰਾਉਂਡ ਆਫ ਲਿਟੀਗੇਸ਼ਨ ਰਿਗਾਰਡਿੰਗ ਦੀ ਇਲੈਕਸ਼ਨ ਉਹ ਕੱਲ ਕੋਰਟ ਨੇ ਫਿਕਸ ਕਰਕੇ ਸੁਣਵਾਈ ਕੀਤੀ ਉਹਦੀ ਸੁਣਵਾਈ ਕਾਫੀ ਦੇਰ ਰਾਤ ਤੱਕ ਚੱਲਦੀ ਜਿਵੇਂ ਕਿ ਸਭ ਨੂੰ ਪਤਾ ਹੈ ਤੇ ਉਹਦੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹ ਅੰਡਰਟੇਕਿੰਗ ਦਿੱਤੀ ਕਿ ਵੀ ਅਸੀਂ ਜਿਹੜੇ ਨੋਮੀਨੇਸ਼ਨ ਫਾਰਮ ਨੇ ਉਹਨਾਂ ਦੇ ਵਿਡਰੋਅਲ ਦੀ ਜਿਹੜੀ ਦਰਖਾਸਤ ਆਈ ਹੈ ਉਹਨੂੰ ਐਕਸੈਪਟ ਕਰ ਲਾਂਗੇ ਅਸੀਂ ਪਾਸਸ ਜਿਹੜੇ ਨੇ ਕੈਂਡੀਡੇਟਸ ਦੇ ਰਿਪਰੈਜ਼ੈਂਟੇਟਿਵਸ ਦੇ ਕੈਂਡੀਡੇਟਸ ਨੂੰ ਇਸ਼ੂ ਕਰ ਦਾਂਗੇ ਅਸੀਂ ਇਲੈਕਸ਼ਨ ਜਿਹੜਾ ਹੈ ਉਹ ਐਸ ਪਰ ਰੂਲਸ ਐਂਡ ਰੈਗੂਲੇਸ਼ਨ ਸਟ੍ਰਿਕਟਲੀ ਕਰਾ ਕੇ ਤੇ ਲਾਅ ਐਂਡ ਆਰਡਰ ਵੀ ਮੇਨਟੇਨ ਕਰਾਂਗੇ ਸੋ ਇਹ ਸਾਰੀਆਂ ਚੀਜ਼ਾਂ ਦੀ ਡਾਇਰੈਕਸ਼ਨ ਤੋਂ ਬਾਅਦ ਉਹ ਰਿਟ ਪਟੀਸ਼ਨ ਡਿਸਪੋਜ਼ ਆਫ ਹੋ ਗਈ ਤੇ ਸਵੇਰੇ ਜਦੋਂ ਇਲੈਕਸ਼ਨ ਦਾ ਟਾਈਮ ਸੀ ਤੇ ਅਬਾਊਟ ਸਾਡੇ 10 ਵਜੇ ਇਹਨਾਂ ਨੇ ਕੈਂਡੀਡੇਟਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਤੋਂ ਉਹਦੇ ਵਿੱਚ ਜਿਹੜਾ ਆਰਡਰ ਪਾਸ ਕੀਤਾ ਗਿਆ ਜਿਹੜੇ ਜੁਆਇੰਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨੇ ਕੀਤਾ ਉਹਦੇ ਵਿੱਚ ਇੱਕ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਸੀ ਉਹਦੀ ਤਬੀਅਤ ਖਰਾਬ ਹੋਣ ਦਾ ਕਾਰਨ ਦਿੱਤਾ। ਅਨਿਲ ਮਸੀਹ ਜਿਹੜੇ ਸੀ। ਲੇਕਿਨ ਇਹ ਕੋਈ ਕਾਨੂੰਨ ਦੇ ਥੱਲੇ ਕਾਰਨ ਨਹੀਂ ਹੈ ਕਿ ਜੇ ਪ੍ਰੈਜ਼ਾਈਡਿੰਗ ਅਫਸਰ ਜਿਨੇ ਇੱਕ ਪਹਿਲੀ ਮੀਟਿੰਗ ਦੇ ਵਿੱਚ ਪ੍ਰੈਜ਼ਾਈਡ ਕਰਨਾ ਹੈ ਵਿਚ ਇਜ਼ ਅ ਫਾਰਮੈਲਿਟੀ ਕਿਉਂਕਿ ਪਹਿਲੀ ਮੀਟਿੰਗ ਤੋਂ ਬਾਅਦ ਮੇਅਰ ਦੀ ਇਲੈਕਸ਼ਨ ਹੋ ਜਾਂਦੀ ਹੈ ਮੇਅਰ ਦੀ ਇਲੈਕਸ਼ਨ ਤੋਂ ਬਾਅਦ ਮੇਅਰ ਪ੍ਰੈਜ਼ਾਈਡ ਕਰਦਾ ਤੇ ਉਹਨਾਂ ਨੇ ਆਰਡਰ ਪਾਸ ਕਰਕੇ ਸਾਰੇ ਜਿਹੜੇ ਕੈਂਡੀਡੇਟਸ ਸੀ ਤੇ ਲੋਕਾਂ ਦੀ ਐਂਟਰੀ ਜਿਹੜੀ ਉੱਥੇ ਰੋਕ ਦਿੱਤੀ ਤੇ ਉਹਦੇ ਖਿਲਾਫ ਫਿਰ ਅੱਜ ਮੈਂਸ਼ਨਿੰਗ ਕਰਕੇ ਅਸੀਂ ਰਿਟ ਪਟੀਸ਼ਨ ਲਗਵਾਈ ਕਿ ਵੀ ਇਹ ਸਿਰਫ ਇੱਕ ਇਲੈਕਸ਼ਨ ਨੂੰ ਲੇਟ ਕਰਨ ਦਾ ਤਰੀਕਾ ਹੈ ਤੇ ਕਿਉਂਕਿ ਨੰਬਰਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਤੇ ਇਸ ਕਰਕੇ ਜਿਹੜੀ ਪਹਿਲਾਂ ਅਰ ਸਟਾਈਲ ਪਾਰਟੀ ਮੇਅਰ ਦੀ ਪੋਸਟ ਹੋਲਡ ਕਰ ਰਹੀ ਸੀ ਉਹ ਇਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੇ ਇੱਕ ਇੱਥੇ ਗੱਲ ਇਹ ਵੀ ਕਲੀਅਰ ਕਰਦੀ ਹਾਂ ਕਿਉਂਕਿ ਤੁਸੀਂ ਐਡਵੋਕੇਟ ਜਨਰਲ ਵੀ ਹੋ ਲੇਕਿਨ ਇਹ ਇੱਕ ਕਲਾਇੰਟ ਐਜ਼ ਹੈ ਤੁਸੀਂ ਕਿਉਂਕਿ ਪ੍ਰਾਈਵੇਟ ਕੇਸ ਵੀ ਕਰਦੇ ਹੋ ਤਾਂ ਇੱਥੇ ਸਿਰਫ ਤੁਸੀਂ ਇੱਕ ਸੀਨੀਅਰ ਐਡਵੋਕੇਟ ਦੇ ਤੌਰ ਤੇ ਆਰਗੂ ਕਰ ਰਹੇ ਸੀ हां क्योंकि ਜਿਹੜਾ ਇਹ ਕੇਸ ਹੈ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਹੈ ਤੇ ਇਹਦੇ ਵਿੱਚ ਪਟੀਸ਼ਨਰ ਜਿਹੜਾ ਸੀ ਉਹ ਚੈਲੰਜ ਕਰ ਰਿਹਾ ਸੀ ਐਕਸ਼ਨ ਆਫ ਦੀ ਆਫੀਸਰਸ ਆਫ ਦੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸੋ ਇਸ ਕਰਕੇ ਰਿਟ ਜਿਹੜੀ ਸੀ ਉਹ ਹੈਡ ਨਥਿੰਗ ਟੂ ਡੂ ਵਿਦ ਅਦਰ ਥਿੰਗਸ ਬਟ ਐਕਸ਼ਨ ਆਫ ਦੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਰਟ ਵੀ ਚਾਚ ਤੁਸੀਂ ਬਾਰ ਬਾਰ ਜ਼ਿਕਰ ਕੀਤਾ ਕਿ ਜਦੋਂ ਨੋਟੀਫਿਕੇਸ਼ਨ 18 ਤਰੀਕ ਦੀ ਹੈ 5 ਵਜੇ ਵੀ ਹੋ ਸਕਦੀ ਹੈ 7 ਵਜੇ ਵੀ ਹੋ ਸਕਦੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਹੀ ਸਾਰਾ ਕੁਝ ਸਿਸਟਮ ਹੈਗਾ ਔਰ ਜਦੋਂ ਨਵਾਂ ਆਰਡਰ ਆ ਗਿਆ 6 ਫਰਵਰੀ ਦਾ ਤਾਂ ਵੀ ਤੁਸੀਂ オਬਜੈਕਸ਼ਨ ਚੱਕੇ ਔਰ ਕੋਰਟ ਨੇ ਲਾਅ ਐਂਡ ਆਰਡਰ ਦੇ ਪੁਆਇੰਟ ਤੇ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਵਕੀਲਾਂ ਨੂੰ ਵੀ ਘੇਰਿਆ ਇਹਨਾਂ ਕੇ ਫਟਕਾਰ ਵੀ ਲਗਾਈ ਹੈ ਹੁਣ ਕਿਵੇਂ ਦੇਖਦੇ ਹੋਏ 6 ਫਰਵਰੀ ਦਾ ਆਰਡਰ ਨਵਾਂ ਆਰਡਰ ਆ ਗਿਆ ਡੀਸੀ ਡੀਸੀ ਕੰਪਟੈਂਟ ਅਥਾਰਟੀ ਹੈ ਦੇਖੋ ਇਹਦੇ ਵਿੱਚ ਬੇਸਿਕਲੀ ਕੀ ਹੈ ਕਿ ਜਦੋਂ ਕੱਲ ਮੈਟਰ ਟੇਕ ਅਪ ਹੋਇਆ ਕੱਲ ਇਲੈਕਸ਼ਨ ਹੋਲਡ ਕਰਨ ਦੇ ਲਈ ਪ੍ਰੇਅਰ ਹੀ ਐਸਸੀ ਕਿ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਕੀਤੇ ਜਾਣ ਉਹਦੇ ਵਿੱਚ ਜਿਹੜੇ ਮੁੱਦੇ ਤੇ ਬਹਿਸ ਹੋਈ ਉਹ ਮੁੱਦਾ ਵੀ ਇਸੀ ਚੀਜ਼ ਨੂੰ ਪਰਟੇਨ ਕਰਦਾ ਸੀ ਲੇਕਿਨ ਐਡਮਿਨਿਸਟ੍ਰੇਸ਼ਨ ਨੇ ਕਿਸੇ ਸਟੇਜ ਦੇ ਉੱਤੇ ਨਹੀਂ ਕਿਹਾ ਕਿ ਇਲੈਕਸ਼ਨ ਹੋਲਡ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਕਿਉਂਕਿ ਲਾਅ ਐਂਡ ਆਰਡਰ ਪ੍ਰੋਬਲਮ ਹੈ ਐਸੀ ਨਾ ਗੱਲ ਉਹਨਾਂ ਨੇ ਕਹੀ ਨਾ ਉਹਨਾਂ ਦੇ ਐਫੀਡੇਵਿਟ ਚ ਆਈ ਨਾ ਉਹਨਾਂ ਦੀ ਅੰਡਰਟੇਕਿੰਗ ਚ ਆਈ ਇਨਫੈਕਟ ਔਨ ਦਾ ਕੰਟਰੀ ਉਹਨਾਂ ਦੇ ਜਿਹੜੇ ਵਕੀਲ ਸੀ ਪੁਲਿਸ ਵੱਲੋਂ ਪੇਸ਼ ਹੋ ਰਹੇ ਸੀ ਡੀਜੀਪੀ ਤੇ ਐਸਐਸਪੀ ਵੱਲੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਨਸ਼ੋਰ ਕਰਾਂਗੇ ਕਿ ਵੀ ਇਲੈਕਸ਼ਨ ਜਿਹੜੇ ਨੇ ਉਹ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਫ੍ਰੀ ਐਂਡ ਫੇਅਰ ਕਰਾਏ ਜਾਣ ਤੇ ਅਸੀਂ ਹਰ ਐਫਰਟ ਕਰਕੇ ਇਲੈਕਸ਼ਨਾਂ ਨੂੰ ਕੱਲ ਕਰਾਵਾਂਗੇ ਔਰ ਉਸ ਤੋਂ ਬਾਅਦ ਜਦੋਂ ਅੱਜ ਸਵੇਰੇ ਉਹ ਆਰਡਰ ਹੋਇਆ ਉਹਦੇ ਵਿੱਚ ਵੀ ਕੋਈ ਇਸ ਜੀ ਗੱਲ ਨਹੀਂ ਸੀ ਵੀ ਲਾਅ ਐਂਡ ਆਰਡਰ ਕੇ ਕਰਕੇ ਇਲੈਕਸ਼ਨ ਨਹੀਂ ਕਰਾਇਆ ਜਾ ਸਕਦਾ ਉਹਦੇ ਵਿੱਚ ਉਹਨਾਂ ਨੇ ਮਿਸਟਰ ਅਨਿਲ ਮਸੀਦੀ ਜਿਹੜੀ ਤਬੀਅਤ ਖਰਾਬ ਹੋਣ ਦਾ ਕਾਰਨ ਦਿੱਤਾ ਫਿਰ ਜਦੋਂ ਮੈਂਸ਼ਨਿੰਗ ਹੋਈ ਦੋਨਾਂ ਧਿਰਾਂ ਨੂੰ ਸੁਣਿਆ ਗਿਆ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਮੈਂਸ਼ਨਿੰਗ ਐਕਸੈਪਟ ਕੀਤੀ ਗਈ ਉੱਥੇ ਵੀ ਇਹੋ ਜੀ ਕੋਈ ਗੱਲ ਨਹੀਂ ਕੀਤੀ ਗਈ ਵੀ ਆਲਰੇਡੀ ਆਰਡਰ ਆ ਚੁੱਕਾ ਹੈ ਰਿਟ ਜਿਹੜੀ ਹੈ ਇਹ ਇਸ ਸਟੇਜ ਤੇ ਮੇਨਟੇਨੇਬਲ ਨਹੀਂ ਹੈ ਜਦੋਂ ਕੋਰਟ ਨੇ ਮੈਟਰ ਟੇਕ ਅਪ ਕੀਤਾ ਤੇ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਕੀਲ ਨੇ ਬਹਿਸ ਕੀਤੀ ਉਦੋਂ ਵੀ ਇਹ ਆਰਡਰ ਨਹੀਂ ਆਇਆ ਸੀ ਜਦੋਂ ਚੱਦੀਗੜ ਐਡਮਿਨਿਸਟ੍ਰੇਸ਼ਨ ਦੇ ਵਕੀਲ ਨੇ ਬਹਿਸ ਕੀਤੀ ਉਹਨਾਂ ਨੇ ਵੀ ਇੱਕ ਰਿਪੋਰਟ ਸੀਲਡ ਕਵਰ ਚ ਦੇਣ ਦੀ ਕੋਸ਼ਿਸ਼ ਕੀਤੀ ਜਿਹੜੀ ਕੋਰਟ ਨੇ ਨਹੀਂ ਲਈ ਉਦੋਂ ਵੀ ਇਹ ਆਰਡਰ ਨਹੀਂ ਆਇਆ ਸੀ ਜਦੋਂ ਹਿਅਰਿੰਗ ਕਾਫੀ ਹੱਦ ਤੱਕ ਅੱਗੇ ਵੱਧ ਚੁੱਕੀ ਸੀ ਉਦੋਂ ਐਡਮਿਨਿਸਟ੍ਰੇਸ਼ਨ ਨੇ ਇਹ ਆਰਡਰ ਕੱਟ ਕੇ ਜੱਜ ਸਾਹਿਬ ਨੂੰ ਦਿੱਤਾ ਜਿਹੜਾ ਕਿ ਜੱਜ ਸਾਹਿਬ ਨੇ ਐਕਸੈਪਟ ਨਹੀਂ ਕੀਤਾ ਤੇ ਉਹ ਜਿਹੜੀ ਚੀਜ਼ ਹੈ ਇੱਕ ਤਰ੍ਹਾਂ ਨਾਲ ਕੋਰਟ ਦੀ ਪ੍ਰੋਸੀਡਿੰਗਸ ਨੂੰ ਮੇਰੇ ਸਾਹਮਣੇ ਨਾਲ ਡੀਰੇਲ ਕਰਨ ਦੀ ਜਾਂ ਮਿਸਲੀਡ ਕਰਨ ਦੀ ਕੋਸ਼ਿਸ਼ ਹੈ ਲੇਕਿਨ ਜੋ ਵੀ ਹੈ ਕੋਰਟ ਨੇ ਨੋਟਿਸ ਕਰ ਦਿੱਤਾ ਹੈ ਤੇ ਮੈਟਰ ਰੱਖ ਲਿਆ ਹੈ ਹੀアリング ਦੇ ਲਈ 23 ਤਰੀਕ ਨੂੰ ਤੇ ਜਵਾਬ ਮੰਗਾ ਕੇ ਉਹਦੇ ਵਿੱਚ ਫੈਸਲਾ 23 ਤਰੀਕ ਨੂੰ ਹੋਣ ਦੀ ਆਸ ਹੈ ਮੈਂ ਜਲਦੀ ਤੋਂ ਦੋਸਵਾਲ ਲੈਣਾ ਗੁਰਬਿੰਦਰ ਜੀ ਕਿ ਜਿਹੜਾ ਹੁਣ ਨਵਾਂ ਆਰਡਰ ਆ ਗਿਆ ਉਹਨੂੰ ਚੈਲੰਜ ਕਰਨਾ ਪੈਣਾ ਕਿਉਂਕਿ ਅੱਜ ਦੀ ਜਿਹੜੀ ਪਟੀਸ਼ਨ ਸੀ ਉਹ ਤੁਸੀਂ ਮੈਂਸ਼ਨਿੰਗ ਕਰਕੇ ਲਵਾਈ ਹੈ ਅਰਜੈਂਟ ਬੇਸ ਤਿਲਵਾਈ ਹੈ ਆਰਡਰ ਜਦੋਂ ਇੱਕ ਆ ਜਾਂਦਾ ਹੈ ਉਹਨੂੰ ਚੈਲੰਜ ਕਰਨਾ ਹੁਣ ਅੱਗੇ ਕਿਵੇਂ ਦੇਖਦੇ ਹੋ 23 23 ਤਰੀਕ ਨੂੰ ਚਲੋ ਨੋਟਿਸ ਤਾਂ ਹੋਇਆ ਉਹਨਾਂ ਨੂੰ ਜਵਾਬ ਦੇਣਾ ਪੈਣਾ हां लेकिन देखो एक ऑर्डर क्योंकि इन्होंने कोर्ट ਦੇ ਵਿੱਚ ਪੇਸ਼ ਕੀਤਾ ਜੱਜ ਸਾਹਿਬ ਨੇ ਵੀ ਚੀਜ਼ ਤੇ ऑब्जेक्शन ਕੀਤਾ ਵੀ ਤੁਸੀਂ ਨਾ ਕੋਈ ਐਫੀਡੇਵਿਟ ਫਾਈਲ ਕੀਤਾ ਹੈ ਨਾ ਇਹ ਆਰਡਰ ਨੂੰ ਆਫੀਸ਼ੀਅਲੀ ਪਲੇਸ ਔਨ ਰਿਕਾਰਡ ਕੀਤਾ ਹੈ ਹੁਣ ਤੁਸੀਂ ਐਕ੍ਰਾਸਟੂ ਬੋਰਡ ਦੇ ਰਹੇ ਹੋ ਇਸ ਤਰ੍ਹਾਂ ਸੀ ਇਹ ਆਰਡਰ ਨਹੀਂ ਐਕਸੈਪਟ ਕਰ ਸਕਤੇ ਹਾਊਏਵਰ ਚਲੋ ਸਾਡੇ ਨੋਟਿਸ ਵਿੱਚ ਜੋ ਆਰਡਰ ਆ ਗਿਆ ਉਸ ਆਰਡਰ ਦਾ ਕੀ ਇਫੈਕਟ ਹੈ ਉਹਨੂੰ ਫਰੈਸ਼ ਚੈਲੰਜ ਕਰਨ ਦੀ ਲੋੜ ਹੈ ਨਹੀਂ ਲੋੜ ਹੈ ਉਹ ਅਸੀਂ ਕਲਾਇੰਟ ਦੇ ਨਾਲ ਡਿਸਕਸ ਕਰਕੇ ਇਨਸਟਰਕਸ਼ਨਸ ਲਾਵਾਂਗੇ ਜੋ ਵੀ ਉਹਦੇ ਚ ਫਿਊਚਰ ਕੋਰਸ ਆਫ ਐਕਸ਼ਨ ਹੋਏਗਾ ਉਹ ਲਿਆ ਜਾਏਗਾ ਲਾ ਸਵਾਲ ਕੀ ਵੀ ਦੇਖਦੇ ਹੋ ਸਾਰੀ ਸਿਚੁਏਸ਼ਨ ਨੂੰ ਜਿੱਦਾਂ ਕੋਰਟ ਵਿੱਚ ਵੀ ਗੱਲ ਕੀਤੀ ਕਿ ਠੀਕ ਹੈ ਰਾਜਨੀਤੀ ਵਿੱਚ ਸਮਝੌਤੇ ਕਿਸੇ ਪਾਰਟੀ ਨਾਲ ਹੋ ਸਕਦੇ ਨੇ ਇੱਕ ਅਲਾਈਅੰਸ ਬਣ ਸਕਦਾ ਹੈ ਲੇਕਿਨ ਐਦਾਂ ਦੀ ਸਿਚੁਏਸ਼ਨ ਨੂੰ ਰਾਈਜ਼ ਇੰਨਾ ਸਾਲ ਹੋ ਗਿਆ ਤੁਸੀਂ ਪ੍ਰੈਕਟਿਸ ਕਰਦੇ ਨੂੰ ਬਹੁਤ ਸੇ ਹਾਈ ਪ੍ਰੋਫਾਈਲ ਕੇਸਿਸ ਤੁਸੀਂ ਦੇਖੇ ਨੇ ਦੇਖੋ ਇੱਕ ਡੈਮੋਕ੍ਰੈtic ਪ੍ਰੋਸੈਸ ਹੈ ਇਹਦੇ ਵਿੱਚ ਸਿੰਪਲ ਮੈਜੋਰੀਟੀ ਨਾਲ ਮੇਅਰ ਬੰਨਾ ਹੈ ਇਹ ਜਿਹੜੇ ਨੰਬਰਸ ਨੇ ਇਹ ਕਿਉਂਕਿ ਕਾਉਂਸਲਰਸ ਪਾਰਟੀ ਲਾਈਨਸ ਦੇ ਉੱਤੇ ਇਲੈਕਸ਼ਨ ਲੜਦੇ ਨੇ ਸਭ ਨੂੰ ਪਤਾ ਹੈ ਕਿ ਕਿਹਦਾ ਕੌਂਸਲਰ ਹੈ ਦੀ ਸੀਕ੍ਰੀਟ ਵਾਲਟ ਹੁੰਦਾ ਹੈ ਇਸ ਲਈ ਮੈਨੂੰ ਜੋ ਲੱਗਦਾ ਹੈ ਕਿ ਵੀ ਇੰਨਾ ਚੀਜ਼ਾਂ ਨੂੰ ਜਿੰਨਾ ਘਟ ਵਿਗਨਪਾਨ ਤੇ ਔਰ ਇੱਕ ਨੈਚੁਰਲ ਕੋਰਸ ਦੇ ਵਿੱਚ ਕੀਤਾ ਜਾਏ ਉਹ ਡੈਮੋਕ੍ਰੈtic ਇੰਸਟੀਚੂਸ਼ਨਸ ਦੇ ਲਈ ਬੈਟਰ ਹੈ ਜਦੋਂ ਐਡਮਿਨਿਸਟ੍ਰੇਸ਼ਨ ਬੀਇੰਗ ਅ ਅਨਬਾਇਸਡ ਪਾਰਟੀ ਇੰਨਾ ਚੀਜ਼ਾਂ ਦੇ ਵਿੱਚ ਕੋਈ ਇਹ ਜੇ ਆਰਡਰ ਪਾਸ ਕਰਦੀ ਹੈ ਜਿਸ ਨਾਲ ਕਿ ਡੈਮੋਕ੍ਰੈtic ਪ੍ਰੋਸੈਸ ਕੰਪਰੋਮਾਈਜ਼ ਹੁੰਦਾ ਹੈ ਉਹ ਅਵੋਇਡੇਬਲ ਚੀਜ਼ ਹੈ ਕਿਉਂਕਿ ਉਹੀ ਚੀਜ਼ ਦੇ ਨਾਲ ਫਿਰ ਲਿਟੀਗੇਸ਼ਨ ਅਰਾਈਜ਼ ਹੁੰਦੀ ਹੈ ਕੋਰਟ ਕੇਸ ਆਂਦੇ ਨੇ ਜੋ ਵੀ ਹੋਏਗਾ ਚਲੋ ਉਹ ਇਹ ਜ਼ਰੂਰੀ ਨਹੀਂ ਹੈ ਕਿ ਕਿਹਦੇ ਹੱਕ ਚ ਕੇਸ ਹੁੰਦਾ ਹੈ ਬਟ ਇਹ ਜੀ ਸਿਚੁਏਸ਼ਨ ਅਰਾਈਜ਼ ਹੋਣਾ ਇੱਕ ਬੜੀ ਅਨਫੋਰਚੁਨੇਟ ਸਿਚੁਏਸ਼ਨ ਹੈ ਬਹੁਤ ਬਹੁਤ ਸ਼ੁਕਰਗੁਜ਼ਾਰ ਗੁਰਮੀਂਦਰ ਜੀ ਥੈਂਕ ਯੂ ਤਾਂ ਇਹ ਸੀਗੇ ਸੀਨੀਅਰ ਐਡਵੋਕੇਟ ਗੁਰਮੀਂਦਰ ਸਿੰਘ ਜਿਹੜੇ ਪਟੀਸ਼ਨਰ ਵੱਲੋਂ ਆਰਗੂ ਉਹਨਾਂ ਨੇ ਕੀਤਾ ਹੁਣ ਦੇਖਣਾ ਹੋਏਗਾ ਕਿ 23 ਜਨਵਰੀ ਨੂੰ ਕੋਰਟ ਵਿੱਚ ਜਦੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਐਮਸੀ ਦਾ ਜਵਾਬ ਕੀ ਹੈ ਔਰ ਰਹੀ ਗੱਲ ਜਿਹੜਾ 6 ਫਰਵਰੀ ਵਾਲਾ ਨੋਟਿਸ ਹੈ ਉਹਨੂੰ ਚੈਲੰਜ ਕਰਨਾ ਜਾਂ ਉਸ ਆਰਡਰ ਦੇ ਜਿਹੜੇ ਕੀ ਨਿਕਲ ਕੇ ਆਂਦਾ ਉਹ ਪਟੀਸ਼ਨਰ ਨਾਲ ਇਹਨਾਂ ਨੇ ਡਿਸਕਸ ਕਰਕੇ ਫਿਰ ਅੱਗੇ ਜਿਹੜਾ ਫਰਦਰ ਹੋ ਵਧਿਆ ਜਾਏਗਾ ਵੀਡੀਓ ਜਰਨਲਿਸਟ ਰਾਜਿੰਦਰ ਦੇ ਨਾਲ ਉਮੇਸ਼ ਸ਼ਰਮਾ న్యూਸ 18 ਚੰਡੀਗੜ੍ਹ